ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਮਿਲੀ ਵੱਡੀ ਕਾਮਯਾਬੀ। ਸੈੱਲ ਨੇ ਕਤਲ ਦੇ ਵਿੱਚ ਸ਼ਾਮਲ ਦੋ ਸ਼ਾਰਪਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ। ਦਿੱਲੀ ਪੁਲਿਸ ਮੁਤਾਬਕ ਉਹਨਾਂ ਨੇ ਸ਼ੂਟਰਾਂ ਦੇ ਮੋਡਿਊਲ ਦਾ ਮੁਖੀ ਵੀ ਫੜਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁਲਿਸ ਨੇ ਵੱਡੀ ਮਾਤਰਾ 'ਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਹੈ। ਦੱਸ ਦਈਏ ਕਿ ਦਿੱਲੀ ਪੁਲਿਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਖਾਸ ਗੱਲ ਇਹ ਹੈ ਕਿ ਪੁਲਿਸ ਨੇ ਇੱਕ ਛੋਟੇ ਜਿਹੇ ਸੁਰਾਗ ਦੀ ਮਦਦ ਨਾਲ ਇਸ ਪੂਰੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਸਪੈਸ਼ਲ ਸੈੱਲ ਦੇ ਸੀਪੀ HGS ਧਾਲੀਵਾਲ ਨੇ ਮੂਸੇਵਾਲਾ ਕਤਲ ਕੇਸ ਸੰਬੰਧੀ ਪ੍ਰੈਸ ਕਾਨਫਰੰਸ ਵਿੱਚ ਕਈ ਵੱਡੇ ਖੁਲਾਸੇ ਕੀਤੇ। ਉਹਨਾਂ ਕਿਹਾ ਕਿ ਸਾਡੀ ਟੀਮ ਨੇ ਘਟਨਾ ਵਿੱਚ ਸ਼ਾਮਿਲ 6 ਸ਼ਾਰਪਸ਼ੂਟਰਾਂ ਦੀ ਪਛਾਣ ਕਰ ਲਈ ਹੈ। ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਦੋ ਮੋਡਿਊਲ ਸ਼ਾਮਿਲ ਸਨ। ਇੱਕ ਮੋਡਿਊਲ ਬਲੈਰੋ ਗੱਡੀ ਵਿੱਚ ਸੀ ਜਿਸ ਨੂੰ ਕਸ਼ਿਸ਼ ਚਲਾ ਰਿਹਾ ਸੀ। ਇਸ ਕਾਰ ਵਿੱਚ ਅੰਕਿਤ ਸਿਰਸਾ, ਦੀਪਕ ਮੁੰਡੇ ਅਤੇ ਪ੍ਰਿਯਵਰਤ ਫੌਜੀ ਬੈਠੇ ਸੀ, ਜਦਕਿ ਦੂਜਾ ਮੋਡਿਊਲ ਕਰੋਲਾ ਗੱਡੀ 'ਚ ਸੀ। ਇਸ ਗੱਡੀ ਵਿੱਚ ਜਗਦੀਪ ਰੂਪਾ ਅਤੇ ਮਨਪ੍ਰੀਤ ਮੰਨੂ ਸਵਾਰ ਸੀ। ਜਾਂਚ ਪਤਾ ਲੱਗਾ ਕਿ ਦੋਸ਼ੀਆਂ ਨੇ ਮੂਸੇਵਾਲਾ 'ਤੇ AK-47 ਨਾਲ ਫਾਇਰਿੰਗ ਕੀਤੀ। ਮਨਪ੍ਰੀਤ ਨੇ AK-47 ਤੋਂ ਪਹਿਲਾਂ ਗੋਲੀਆਂ ਚਲਾਈਆਂ ਸੀ। ਕਤਲ ਵਿੱਚ ਕਈ ਪਿਸਤੌਲਾਂ ਦੀ ਵਰਤੋਂ ਵੀ ਕੀਤੀ ਗਈ। ਮੁਲਜ਼ਮਾਂ ਕੋਲ ਗ੍ਰਨੇਡ ਵੀ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇ AK-47 ਨਾਲ ਸਿੱਧੂ ਮੂਸੇਵਾਲੇ ਨੂੰ ਮਾਰਨ 'ਚ ਕਾਮਯਾਬ ਨਾ ਹੁੰਦੇ ਤਾਂ ਇਹਨਾਂ ਕੋਲ ਜੋ ਗ੍ਰਨੇਡ ਸੀ ਉਹਨਾਂ ਦੀ ਵਰਤੋਂ ਨਾਲ ਇਹਨਾਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਕਰਨਾ ਸੀ। ਧਾਲੀਵਾਲ ਨੇ ਦੱਸਿਆ ਕਿ ਸਾਡੀ ਟੀਮ ਨੇ ਇਹਨਾਂ ਦੋਸ਼ੀਆਂ ਨੂੰ ਗੁਜਰਾਤ ਦੇ ਮੁੰਦਰਾ ਬੰਦਰਗਾਹ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ ਬੰਦਰਗਾਹ ਨੇੜੇ ਕਿਰਾਏ 'ਤੇ ਕਮਰਾ ਲਿਆ ਸੀ। ਇਸ ਮਾਮਲੇ ਵਿੱਚ ਸਾਡੀ ਟੀਮ ਨੇ ਸ਼ੂਟਰ ਪ੍ਰਿਯਵਰਤ ਫੌਜੀ ਨੂੰ ਫੜ ਲਿਆ। 26 ਸਾਲਾ ਪ੍ਰਿਯਵਰਤ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ। ਪ੍ਰਿਯਵਰਤ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਸ਼ੂਟਰ ਹੈ। ਉਹ ਨਿਸ਼ਾਨੇਬਾਜ਼ਾਂ ਦੇ ਮੋਡਿਊਲ ਦਾ ਮੁਖੀ ਵੀ ਹੈ। ਧਾਲੀਵਾਲ ਨੇ ਦੱਸਿਆ ਕਿ ਪ੍ਰਿਯਵਰਤ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਗੋਲਡੀ ਬਰਾੜ ਦੇ ਸਿੱਧੇ ਸੰਪਰਕ ਵਿੱਚ ਸੀ। ਕਤਲ ਕਰਨ ਤੋਂ ਪਹਿਲਾਂ ਉਹ ਫਤਿਹਗੜ੍ਹ ਸਥਿਤ ਪੈਟਰੋਲ ਪੰਪ ਦੇ CCTV ਫੁਟੇਜ ਵਿੱਚ ਕੈਦ ਹੋ ਗਏ ਸੀ। ਦੱਸ ਦਈਏ ਕਿ ਪ੍ਰਿਯਵਰਤ ਇਸ ਤੋਂ ਪਹਿਲਾਂ ਵੀ ਦੋ ਕਤਲ ਕਰ ਚੁੱਕਾ ਹੈ। ਉਸ ਨੂੰ 2015 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਉਸ ਨੇ ਦੂਜਾ ਕਤਲ 2021 ਵਿੱਚ ਕੀਤਾ। ਦੂਜਾ ਸ਼ੂਟਰ ਕਸ਼ਿਸ਼ ਉਰਫ ਕੁਲਦੀਪ ਹੈ। ਕੁਲਦੀਪ 24 ਸਾਲਾਂ ਦਾ ਤੇ ਝੱਜਰ ਦਾ ਰਹਿਣ ਵਾਲਾ ਹੈ। 2021 ਵਿੱਚ ਉਸਨੇ ਹਰਿਆਣਾ ਦੇ ਝੱਜਰ ਵਿੱਚ ਹੀ ਇੱਕ ਕਤਲ ਨੂੰ ਅੰਜਾਮ ਦਿੱਤਾ ਸੀ, ਜਦਕਿ ਤੀਜਾ ਵਿਅਕਤੀ ਕੇਸ਼ਵ ਕੁਮਾਰ ਜੋ ਫੜਿਆ ਗਿਆ ਉਹ ਬਠਿੰਡਾ ਦਾ ਰਹਿਣ ਵਾਲਾ ਹੈ। ਕੇਸ਼ਵ ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ੂਟਰਾਂ ਨੂੰ ਅਲਟੋ ਕਾਰ ਵਿੱਚ ਬਿਠਾ ਕੇ ਮਾਨਸਾ ਲੈ ਗਿਆ ਸੀ। ਉਹ 2020 ਵਿੱਚ ਬਠਿੰਡਾ 'ਚ ਹੋਏ ਇੱਕ ਕਤਲ ਦਾ ਮੁੱਖ ਦੋਸ਼ੀ ਰਹਿ ਚੁੱਕਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 8 ਗ੍ਰਨੇਡ, ਗ੍ਰਨੇਡ ਲਾਂਚਰ, 3 ਪਿਸਤੌਲ, 36 ਕਾਰਤੂਸ ਬਰਾਮਦ ਕੀਤੇ ਨੇ। ਤਫਤੀਸ਼ ਦੌਰਾਨ ਪਤਾ ਲੱਗਾ ਕਿ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੂਸੇਵਾਲੇ ਦੇ ਘਰ ਦੀ 8 ਤੋਂ 10 ਵਾਰ ਰਿਕੀ ਵੀ ਕੀਤੀ ਸੀ। ਮੂਸੇਵਾਲਾ ਦਾ 29 ਮਈ ਨੂੰ ਸ਼ਾਮੀ 5 ਵਜੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਦੇ ਸਮੇਂ ਮੂਸੇਵਾਲੇ ਨਾਲ ਉਸਦੀ ਗੱਡੀ 'ਚ ਉਸਦੇ ਦੋ ਦੋਸਤ ਵੀ ਮੌਜੂਦ ਸਨ। ਘਟਨਾ ਤੋਂ ਬਾਅਦ ਪੁਲਿਸ ਦੀਆਂ ਕਈ ਟੀਮਾਂ ਕਤਲ ਵਿੱਚ ਸ਼ਾਮਲ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ। ਜਾਂਚ ਦੌਰਾਨ ਹੀ ਪੁਲਿਸ ਨੂੰ ਪਿੰਡ ਖਿਆਲਾ ਕੋਲ ਇੱਕ ਬਲੈਰੋ ਕਾਰ ਲਾਵਾਰਿਸ ਹਾਲਤ ਵਿੱਚ ਖੜੀ ਮਿਲੀ ਸੀ। ਪੁਲਿਸ ਟੀਮ ਨੇ ਜਦੋਂ ਕਾਰ ਦੀ ਚੈਕਿੰਗ ਕੀਤੀ ਤਾਂ ਕਾਰ ਦੇ ਅੰਦਰੋਂ ਪੈਟਰੋਲ ਪੰਪ ਦਾ ਬਿੱਲ ਮਿਲਿਆ। ਬਾਅਦ ਵਿੱਚ ਇਸ ਬਿੱਲ ਦੀ ਮਦਦ ਨਾਲ ਪੁਲਿਸ ਨੇ ਉਸ ਪੈਟਰੋਲ ਪੰਪ ਨੂੰ ਟਰੇਸ ਕਰ ਲਿਆ ਸੀ। ਜਦ ਪੰਪ ਦੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੁਲਜ਼ਮਾਂ ਨੇ ਇਸ ਪੰਪ ਤੋਂ ਆਪਣੇ ਕਾਰ ਵਿੱਚ ਤੇਲ ਭਰਵਾਇਆ ਸੀ। ਇਸ ਇੱਕ ਸੁਰਾਗ ਦੀ ਮਦਦ ਨਾਲ ਹੀ ਪੁਲਿਸ ਸ਼ਾਰਪਸ਼ੂਟਰਾਂ ਤੱਕ ਪਹੁੰਚ ਸਕੀ ਹੈ।